ਨਮਸਕਾਰ ਪ੍ਰੋਗਰਾਮ ਤਾਰੇ ਆਖਦੇ ਨੇ ਵੇਖ ਰਹੇ ਸਾਡੇ ਸਾਰੇ ਹੀ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ 8 ਅਗਸਤ 2015 ਸ਼ਨੀਵਾਰ ਵਾਲੇ ਦਿਨ ਅੱਜ ਜਿਹੜਾ ਰਾਹੂ ਕਾਲ ਹੈਗਾ ਸਵੇਰ ਦੇ 9 ਵਜੇ ਤੋਂ ਲੈ ਕੇ 10:30 ਤੱਕ ਸੋ ਇਹਦੇ ਵਿੱਚ ਕੋਈ ਵੀ ਸ਼ੁਭ ਕੰਮ ਨਾ ਕਰਿਓ ਵਿਘਨ ਕਾਰਕ ਭਦਰਾ ਦੇਰ ਰਾਤ ਯਾਨੀ ਕਿ 9 ਅਗਸਤ ਤੱਕ ਹੀ ਚੱਲਦੀ ਰਹੇਗੀ 5:21 ਸਵੇਰੇ ਸੋ 9 ਅਗਸਤ ਦੇ ਸ਼ਾਮ ਤੱਕ ਜਿਹੜੀ ਹੈ ਚੱਲੇਗੀ 5 ਵਜੇ ਤੱਕ ਸੋ ਅੱਜ ਭਗਵਾਨ ਸ਼੍ਰੀ ਗੁਰੂ ਹਰੀ ਕ੍ਰਿਸ਼ਨ ਜੀ ਦੀ ਅੱਜ ਜਯੰਤੀ ਹੈ ਅਸੀਂ ਉਹਨਾਂ ਨੂੰ ਆਪਣਾ ਪ੍ਰਣਾਮ ਕਰਦੇ ਹਾਂ ਅਤੇ ਸਾਰਿਆਂ ਨੂੰ ਇਹੀ ਬੇਨਤੀ ਕਰਦੇ ਹਾਂ ਕਿ ਗੁਰੂ ਸਾਹਿਬਾਨ ਦੀਆਂ ਦੱਸੀਆਂ ਹੋਈਆਂ ਸਿੱਖਿਆਵਾਂ 'ਤੇ ਚੱਲੋ ਅਤੇ ਜਿਹਦੇ ਨਾਲ ਤੁਹਾਡੀ ਜ਼ਿੰਦਗੀ ਜ਼ਰੂਰ ਸਫਲ ਹੋਏਗੀ ਤੁਹਾਡਾ ਜਨਮ ਜ਼ਰੂਰ ਸਫਲ ਹੋਵੇਗਾ ਸੋ ਅੱਜ ਅਸੀਂ ਗੱਲ ਕਰਦੇ ਹਾਂ ਜਿੱਦਾਂ ਕੱਲ੍ਹ ਦੱਸਿਆ ਕਿ ਕਿਸ ਕਿਸ ਪ੍ਰਯੋਜਨ ਦੇ ਲਈ ਤੁਸੀਂ ਕਿਹੜੇ ਕਿਹੜੇ ਦੀਪਕ ਜਲਾ ਸਕਦੇ ਹੋ ਭਗਵਾਨ ਗਣੇਸ਼ ਜੀ ਦੀ ਤੁਸੀਂ ਕਿਰਪਾ ਦੇ ਲਈ 3 ਬੱਤੀਆਂ ਵਾਲਾ ਦੀਪਕ ਘਿਓ ਦਾ ਚਲਾ ਸਕਦੇ ਹੋ ਭੈਰਵ ਜੀ ਦੀ ਸਾਧਨਾ ਦੇ ਲਈ 4 ਮੁੱਖਾ ਸਰੋਂ ਦੇ ਤੇਲ ਦਾ ਦੀਪਕ ਚਲਾ ਸਕਦੇ ਹੋ ਮੁਕੱਦਮਾ ਜਿੱਤਣ ਦੇ ਲਈ 5 ਮੁਖੀ ਦੀਪਕ ਚਲਾ ਸਕਦੇ ਹੋ ਭਗਵਾਨ ਕਾਰਤਿਕੇ ਜੀ ਦੀ ਪ੍ਰਸੰਨਤਾ ਦੇ ਲਈ 5 ਮੁਖੀ ਦੀਪਕ ਚਲਾ ਸਕਦੇ ਹੋ ਲਕਸ਼ਮੀ ਜੀ ਦੇ ਲਈ 7 ਮੁਖੀ ਦੀਪਕ ਜਿਹੜਾ ਹੈ ਫਿਰ 8 ਤੇ 12 ਮੁਖੀ ਦੀਪਕ ਜਿਹੜਾ ਹੈ ਭਗਵਾਨ ਸ਼ਿਵ ਜੀ ਦੀ ਪ੍ਰਸੰਨਤਾ ਦੇ ਲਈ ਚਲਾ ਸਕਦੇ ਹਾਂ ਅਤੇ ਨਾਲ ਨਾਲ ਪੀਲੀ ਸਰੋਂ ਦੇ ਤੇਲ ਦਾ ਦੀਪਕ ਜਲਾਉਣਾ ਚਾਹੀਦਾ ਹੈ ਜ਼ਿਆਦਾ ਵਧੀਆ ਰਿਜ਼ਲਟਸ ਹੁੰਦੇ ਹਨ ਭਗਵਾਨ ਵਿਸ਼ਨੂੰ ਜੀ ਦੀ ਪ੍ਰਸੰਨਤਾ ਦੇ ਲਈ ਜਿਹੜਾ ਹੈ ਜੇ ਕਿਸੇ ਵਿਅਕਤੀ ਤੋਂ ਜਾਣੇ ਅਣਜਾਣੇ ਕੋਈ ਵੀ ਪਾਪ ਦਾ ਕਰਮ ਹੋ ਗਿਆ ਤਾਂ ਸ਼ਨੀਦੇਵ ਨੂੰ ਜਿਹੜਾ ਹੈ ਇੱਦਾਂ ਦੇ ਲੋਕਾਂ ਦਾ ਇੱਕ ਮਾੜਾ ਫਲ ਪ੍ਰਦਾਨ ਹੁੰਦਾ ਹੈ ਐਸੀ ਹਾਲਤ ਦੇ ਵਿੱਚ ਜੋ ਬਹੁਤ ਜ਼ਿਆਦਾ ਕਸ਼ਟ ਭੋਗ ਰਿਹਾ ਤਾਂ ਅਸ਼ੁਭ ਫਲਾਂ ਦੇ ਲਈ ਉਪਾਏ ਜਿਹੜੇ ਹੈ ਜਾਣਨ ਦੇ ਲਈ ਤੁਸੀਂ ਸਾਨੂੰ ਕੰਟੈਕਟ ਵੀ ਕਰ ਸਕਦੇ ਹੋ ਅਤੇ ਅੱਜ ਅਸੀਂ ਤੁਹਾਨੂੰ ਕੁੰਡਲੀ ਦੇ ਵਿੱਚ ਕੁਝ ਉਪਾਏ ਵੀ ਦੱਸਣ ਜਾ ਰਹੇ ਹਾਂ ਜਿਹਦੇ ਨਾਲ ਭਗਵਾਨ ਵਿਸ਼ਨੂੰ ਜੀ ਵੀ ਪ੍ਰਸੰਨ ਹੋਣਗੇ ਸ਼ਨੀਦੇਵ ਵੀ ਪ੍ਰਸੰਨ ਹੋਣਗੇ ਅਤੇ ਤੁਹਾਡੇ ਮਾੜੇ ਕੀਤੇ ਹੋਏ ਕਰਮ ਜਿਹੜੇ ਆ ਉਹ ਦੂਰ ਜ਼ਰੂਰ ਹੋਣਗੇ ਲੇਕਿਨ ਅੱਗੇ ਤੋਂ ਤੁਸੀਂ ਤੌਬਾ ਕਰਨੀ ਹੈ ਕਿ ਕੋਈ ਮਾੜਾ ਕੰਮ ਕਦੀ ਵੀ ਨਾ ਕਰਿਓ ਕੁਝ ਲੋਕਾਂ ਦੀ ਕੁੰਡਲੀ ਦੇ ਵਿੱਚ ਸ਼ਨੀ ਅਸ਼ੁਭ ਸਥਿਤੀ 'ਚ ਹੁੰਦਾ ਤਾਂ ਸਾਰੀ ਜ਼ਿੰਦਗੀ ਵਿਚਾਰਿਆਂ ਨੂੰ ਕਸ਼ਟ ਹੀ ਕਸ਼ਟ ਮਿਲਦਾ ਹੈ ਐਸੇ ਦੇ ਵਿੱਚ ਜੇ ਸ਼ਨੀਵਾਰ ਜਿਹੜਾ ਉਪਾਅ ਦੱਸਣ ਜਾ ਰਹੇ ਹਾਂ ਇਹ ਕਰਦੇ ਹਾਂ ਬ੍ਰਹਮ ਮੁਹੂਰਤ ਦੇ ਵਿੱਚ ਉੱਠ ਕੇ ਤਾਂ ਬਹੁਤ ਵਧੀਆ ਰਿਜ਼ਲਟਸ ਮਿਲਦੇ ਆ ਸਭ ਤੋਂ ਪਹਿਲਾਂ ਤੁਸੀਂ ਸ਼ਨੀਵਾਰ ਨੂੰ ਤੜਕੇ ਉੱਠ ਕੇ ਨਿੱਤਿਆ ਕਰਮ ਤੋਂ ਵਿਹਲੇ ਹੋ ਕੇ ਸਨਾਨ ਕਰਕੇ ਪਵਿੱਤਰ ਹੋ ਜਾਓ ਫਿਰ ਤੁਸੀਂ ਜਿਹੜਾ ਹੈ ਜਲ ਦੂਬ ਤਿੱਲੀ ਦੇ ਤੇਲ ਦਾ ਦੀਪਕ ਲੈ ਕੇ ਕਿਸੇ ਵੀ ਪਿੱਪਲ ਦੇ ਪੇੜ ਦੇ ਕੋਲ ਜਾਓ ਦੀਪਕ ਦੇ ਪਿੱਪਲ ਦੇ ਉੱਤੇ ਪਹਿਲਾਂ ਜਲ ਚੜਾਓ ਫਿਰ ਜਿਹੜਾ ਦੁੱਧ ਵੀ ਅਰਪਿਤ ਕਰੋ ਸੋ ਉਸ ਤੋਂ ਬਾਅਦ ਤੁਸੀਂ ਪਿੱਪਲ ਦੇ ਪੇੜ ਦੇ ਨੀਚੇ ਜਿਹੜਾ ਤਿੱਲੀ ਦੇ ਤੇਲ ਦਾ ਦੀਪਕ ਚਲਾਓ ਸ਼ਨੀਦੇਵ ਤੋਂ ਪ੍ਰਸੰਨ ਜਿਹੜਾ ਪ੍ਰਾਰਥਨਾ ਕਰੋ ਕਿ ਹੇ ਪ੍ਰਭੂ ਸ਼ਨੀਦੇਵ ਜੀ ਸਾਡੀਆਂ ਸਾਰੀਆਂ ਹੀ ਸਮੱਸਿਆਵਾਂ ਦੂਰ ਹੋਣ ਮਾੜੇ ਸਮੇਂ ਤੋਂ ਸਾਡਾ ਪਿੱਛਾ ਛੁੱਟ ਜਾਏ ਉਸ ਤੋਂ ਬਾਅਦ ਤੁਸੀਂ ਜਿਹੜੇ ਪੇੜ ਦੇ 7 ਗੇੜੇ ਲਗਾਉਣੇ ਹੈ ਘਰ ਆ ਕੇ ਇੱਕ ਕਟੋਰੀ ਦੇ ਵਿੱਚ ਤੇਲ ਲਓ ਉਹਦੇ 'ਚ ਆਪਣਾ ਚਿਹਰਾ ਦੇਖ ਕੇ ਤੇਲ ਨੂੰ ਕਟੋਰੀ ਸਮੇਤ ਦਾਨ ਕਰ ਦਿਓ ਛਾਇਆ ਪਾਤਰ ਇਹਨੂੰ ਬੋਲਦੇ ਹਨ ਸੋ ਐਸਾ ਕਰਨ ਦੇ ਨਾਲ ਕੁਝ ਸਮੇਂ ਬਾਅਦ ਹੀ ਤੁਹਾਨੂੰ ਪੋਜ਼ਿਟਿਵ ਰਿਜ਼ਲਟਸ ਮਿਲਣੇ ਸ਼ੁਰੂ ਹੋ ਜਾਣਗੇ ਅਤੇ ਸ਼ਨੀਦੇਵ ਜੇ ਤੁਹਾਨੂੰ ਮਾੜੇ ਪ੍ਰਭਾਵ ਦੇ ਰਹੇ ਸੀਗੇ ਤਾਂ ਉਹ ਠੀਕ ਹੋਏਗਾ ਘਰ ਦੇ ਵਿੱਚ ਪੈਸਿਆਂ ਨਾਲ ਜੁੜੀਆਂ ਹੋਈਆਂ ਸਮੱਸਿਆਵਾਂ ਦੂਰ ਹੋਣਗੀਆਂ ਅਤੇ ਆਰਥਿਕ ਸੰਕਟਾਂ ਤੋਂ ਮੁਕਤੀ ਮਿਲੇਗੀ ਸੋ ਬੜੇ ਦਰਸ਼ਕ ਸਾਡਾ ਪ੍ਰੋਗਰਾਮ ਜਦੋਂ ਟੀਵੀ 'ਤੇ ਨਹੀਂ ਦੇਖ ਪਾਉਂਦੇ ਤਾਂ ਵਿਆਕੁਲ ਹੁੰਦੇ ਆ ਪਰੇਸ਼ਾਨ ਹੁੰਦੇ ਆ ਲੇਕਿਨ ਤੁਸੀਂ ਘਬਰਾਓ ਨਾ ਸਾਡੇ ਨੰਬਰ 9876220533 'ਤੇ ਤੁਸੀਂ ਵਟਸਐਪ 'ਤੇ ਸਾਨੂੰ ਐਡ ਕਰ ਸਕਦੇ ਹੋ ਆਪਣਾ ਨਾਮ ਅਤੇ ਸ਼ਹਿਰ ਦਾ ਨਾਮ ਸਾਨੂੰ ਭੇਜੋ ਅਤੇ ਅਸੀਂ ਤੁਹਾਨੂੰ ਜਿਹੜਾ ਆਪਣੇ ਯੂਟਿਊਬ 'ਤੇ ਇਸ ਪ੍ਰੋਗਰਾਮ ਦਾ ਲਿੰਕ ਭੇਜਿਆ ਕਰਾਂਗੇ ਨਾਲ ਹੀ ਨਾਲ ਕਿ ਕਿਹੜਾ ਕਿਹੜਾ ਦਿਨ ਹੈ ਕਿਹੜਾ ਕਿਹੜਾ ਦਿਹਾੜਾ ਹੈ ਕਿਹੜੇ ਕਿਹੜੇ ਦਾਨ ਕਰ ਸਕਦੇ ਹਾਂ ਉਹ ਸਾਰੀ ਜਾਣਕਾਰੀ ਲੇਕਿਨ ਤੁਸੀਂ ਵਟਸਐਪ 'ਤੇ ਸਾਡੇ ਨੰਬਰ 'ਤੇ ਇਹ ਨਾ ਪੁੱਛਿਓ ਕਿ ਇੰਨੀ ਕੁ ਗੱਲ ਪੁੱਛਣੀ ਹੈ ਜੀ ਪਲੀਜ਼ ਆਹ ਦੱਸ ਦਿਓ ਕੋਈ ਵੀ ਕੰਸਲਟੇਸ਼ਨ ਸਾਡੀ ਫ੍ਰੀ ਨਹੀਂ ਹੈਗੀ ਟਾਈਮ ਲੈ ਕੇ ਆ ਕੇ ਤੁਸੀਂ ਉਦੋਂ ਬਾਅਦ ਪੁੱਛ ਸਕਦੇ ਹੋ ਜਾਂ ਟੈਲੀਫੋਨਿੰਗ ਕੰਸਲਟੇਸ਼ਨ ਦੇ ਚਾਰਜਸ ਪੁੱਛ ਸਕਦੇ ਹੋ ਸੋ ਇਸ ਤੋਂ ਇਲਾਵਾ ਫੇਸਬੁੱਕ 'ਤੇ ਸਾਡੇ 870 ਤੋਂ ਜ਼ਿਆਦਾ ਐਪੀਸੋਡਸ ਤੁਸੀਂ ਦੇਖ ਸਕਦੇ ਹੋ ਯੂਟਿਊਬ ਦੇ ਉੱਤੇ ਵੀ ਤੁਸੀਂ ਸਾਨੂੰ ਦੇਖ ਸਕਦੇ ਹੋ ਸੋ ਫੇਸਬੁੱਕ 'ਤੇ ਸਾਡੇ ਪੇਜ ਐਸਟ੍ਰੋਲੋਜਰ ਸੁਖਵਿੰਦਰ ਲੁਧਿਆਣਾ ਇੰਡੀਆ ਨੂੰ ਲਾਈਕ ਕਰ ਸਕਦੇ ਹੋ ਮੋਰਓਵਰ ਸਭ ਤੋਂ ਇੰਪੋਰਟੈਂਟ ਸਾਡੇ ਅਖਬਾਰ ਵਾਇਸ ਆਫ ਏਸ਼ੀਅਨਸ ਦੇ ਵਿੱਚ ਇੱਕ ਹਫ਼ਤੇ ਦੀ ਜੋਤਿਸ਼ ਦੀ ਸਾਰੀ ਹੀ ਜਾਣਕਾਰੀ ਛਪਦੀ ਹੈ ਜਿਹਨੂੰ ਪੜ੍ਹਨ ਦੇ ਲਈ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ ਅਤੇ ਸਾਰੀ ਜਾਣਕਾਰੀ ਤੁਸੀਂ ਸਾਡੇ ਤੋਂ ਇਸ ਤੋਂ ਮੰਗਵਾ ਵੀ ਸਕਦੇ ਹੋ ਅਖਬਾਰ ਦਾ ਵਾਰਸ਼ਿਕ ਚੰਦਾ ਸਿਰਫ 150 ਰੁਪਏ ਹੈ ਤੁਹਾਨੂੰ ਅੱਜ ਦਾ ਰਾਸ਼ੀਫਲ ਮੇਸ਼ ਰਾਸ਼ੀ ਵਾਲੇ ਜਾਤਕ ਜਿਹੜੇ ਨੇ ਅੱਜ ਜੋੜਾਂ ਦੇ ਦਰਦ ਤੋਂ ਪਰੇਸ਼ਾਨ ਹੋ ਸਕਦੇ ਹੈ ਵੈਸੇ ਵੀ ਜਿਨ੍ਹਾਂ ਨੂੰ ਵੀ ਜੋੜਾਂ ਦਾ ਦਰਦ ਹੈ ਨੋਟ ਕਰ ਲੈਣ ਕਿ ਹਰ ਸ਼ਨੀਵਾਰ ਅਸੀਂ ਆਪਣੇ ਦਫ਼ਤਰ ਜੋੜਾਂ ਦੇ ਦਰਦ ਦੇ ਲਈ ਤੇਲ ਦੀ ਸ਼ੀਸ਼ੀ ਬਿਲਕੁਲ ਫ੍ਰੀ ਦਿੰਦੇ ਹਾਂ ਜਿਹੜੇ ਵੀ ਟੇਵਾ ਦਿਖਾਉਣ ਆਉਣਗੇ ਇਸ ਸੁਵਿਧਾ ਦਾ ਸ਼ਨੀਵਾਰ ਵਾਲੇ ਦਿਨ ਲਾਭ ਜ਼ਰੂਰ ਲੈਣ ਸੋ ਉਸ ਤੋਂ ਇਲਾਵਾ ਜਿਹੜਾ ਹੈ ਵਰਿਸ਼ ਰਾਸ਼ੀ ਵਾਲੇ ਅੱਜ ਦਾ ਦਿਨ ਜਿਹੜਾ ਨੌਕਰੀ ਦੇ ਵਿੱਚ ਤਰੱਕੀ ਦੇ ਚਾਂਸਿਸ ਜਾਂ ਸਰਕਾਰੀ ਨੌਕਰੀ ਮਿਲਣ ਦੇ ਚਾਂਸਿਸ ਹੋ ਸਕਦੇ ਹਨ
ਮਿਥੁਨ ਰਾਸ਼ੀ ਵਾਲੇ ਨਾਮ ਮਾਨ ਸਨਮਾਨ ਅੱਜ ਬਹੁਤ ਜ਼ਿਆਦਾ ਹੋ ਸਕਦਾ ਹੈ। ਕਰਕ ਰਾਸ਼ੀ ਵਾਲੇ ਧਨ ਅੱਜ ਬਹੁਤ ਆ ਸਕਦਾ ਹੈ। ਸਿੰਘ ਰਾਸ਼ੀ ਵਾਲੇ ਸਰਕਾਰੀ ਅਧਿਕਾਰੀਆਂ ਦੇ ਨਾਲ ਦੋਸਤੀ ਬਣੇਗੀ, ਨਿਭੇਗੀ ਵੀ। ਕੰਨਿਆ ਰਾਸ਼ੀ ਵਾਲੇ ਅੱਜ ਜ਼ੁਕਾਮ ਤੋਂ ਪੀੜਿਤ ਹੋ ਸਕਦੇ ਹੈ। ਤੁਲਾ ਰਾਸ਼ੀ ਵਾਲੇ ਜਾਤਕ ਜਿਹੜੇ ਨੇ ਵਿਦੇਸ਼ ਜਾਣ ਦੇ ਤਰਲੇ ਲੈ ਰਹੇ ਸੀ, ਅੱਜ ਰਿਫਿਊਜ਼ਲ ਹੋ ਸਕਦੀ ਹੈ। ਕਿਸੇ ਗਰੀਬ ਵਿਧਵਾ ਔਰਤਾਂ ਨੂੰ ਚਾਵਲ ਦਾਨ ਕਰਕੇ ਹੀ ਅੱਜ ਤੋਂ ਟ੍ਰਾਈ ਕਰੀਓ ਇਸ ਮਾਮਲੇ ਦੇ ਵਿੱਚ। ਵਰਿਸ਼ਚਿਕ ਰਾਸ਼ੀ ਵਾਲੇ ਅੱਜ ਦਾ ਦਿਨ ਜਿਹੜਾ ਹੈ, ਸਾਰਾ ਟਾਈਮ ਤੁਸੀਂ ਹੱਸਣ ਨੱਚਣ ਟੱਪਣ 'ਚ ਬਤੀਤ ਕਰੋਗੇ, ਦਿਨ ਇੰਜੋਏਬਲ ਰਹੇਗਾ। ਤੁਹਾਨੂੰ ਰਾਸ਼ੀ ਵਾਲੇ ਕੋਈ ਨਜ਼ਦੀਕੀ ਮਿੱਤਰ ਸਿਗਨੇਚਰ ਦੇ ਮਾਮਲੇ 'ਚ ਤੁਹਾਨੂੰ ਧੋਖਾ ਦੇ ਸਕਦਾ ਹੈ। ਮਕਰ ਰਾਸ਼ੀ ਵਾਲਿਆਂ ਦੇ ਲਈ ਅੱਜ ਦਾ ਦਿਨ ਜਿਹੜਾ ਹੈ, ਵਿਦੇਸ਼ ਨਾਲ ਸੰਬੰਧਿਤ ਮਸਲੇ ਹੱਲ ਹੋ ਸਕਦੇ ਹੈ। ਕੁੰਭ ਰਾਸ਼ੀ ਵਾਲੇ ਸ਼ਤਰੂ ਡਰੇ ਡਰੇ ਰਹਿ ਸਕਦੇ ਹਨ। ਅਤੇ ਮੀਨ ਰਾਸ਼ੀ ਵਾਲਿਆਂ ਦੇ ਲਈ ਅੱਜ ਜਿਹੜਾ ਥੋੜ੍ਹਾ ਜਿਹਾ ਇੱਕ ਲਾਈਫ ਸਟਾਈਲ ਤੁਹਾਨੂੰ ਚੇਂਜ ਕਰਨਾ ਪਏਗਾ, ਨਹੀਂ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਪੇਟ ਦੀ ਪ੍ਰੋਬਲਮਸ ਆ ਸਕਦੀ ਹੈ। ਸੋ ਬੜੇ ਦਰਸ਼ਕ ਪੁੱਛਦੇ ਆ ਕਿ ਸੁਖਵਿੰਦਰ ਜੀ, ਅਸੀਂ ਆਪ ਆ ਕੇ ਤੁਹਾਨੂੰ ਮਿਲਣਾ ਚਾਹੁੰਦੇ ਹਾਂ, ਤਕਦੀਰ ਦਾ ਹਾਲ ਜਾਣਨਾ ਚਾਹੁੰਦੇ ਹਾਂ, ਤੁਹਾਡੇ ਤੋਂ ਰਤਨ ਅਤੇ ਰੁਦਰਾਕਸ਼ ਲੈ ਕੇ ਪਾਉਣਾ ਚਾਹੁੰਦੇ ਹਾਂ, ਵਾਸਤੂ ਦਾ ਵਿਜ਼ਿਟ ਕਰਵਾਉਣਾ ਚਾਹੁੰਦੇ ਹਾਂ ਜਾਂ ਨਕਸ਼ਾ ਚੈੱਕ ਕਰਾਉਣਾ ਚਾਹੁੰਦੇ ਹਾਂ। ਪਿਆਰੇ ਦਰਸ਼ਕੋ, ਇਹਨਾਂ ਸਾਰੀਆਂ ਚੀਜ਼ਾਂ ਦੇ ਲਈ ਸਭ ਤੋਂ ਪਹਿਲਾਂ ਤੁਸੀਂ ਸਾਡੇ ਤੋਂ ਸਮਾਂ ਲੈ ਸਕਦੇ ਹੋ, ਫਿਰ ਆ ਕੇ ਪੁੱਛ ਸਕਦੇ ਹੋ। ਸਾਡਾ ਪਤਾ ਨੋਟ ਕਰ ਲਓ, ਜੋਤਿਸ਼ੀ ਸੁਖਵਿੰਦਰ, 30G ਸਰਾਭਾ ਨਗਰ, ਲੁਧਿਆਣਾ, ਪੰਜਾਬ, ਇੰਡੀਆ। ਫੋਨ ਨੰਬਰ 94-170-2533 ਅਤੇ 98-720-2533। ਜਾਣ ਤੋਂ ਪਹਿਲਾਂ ਇਹੀ ਕਹਾਂਗੇ, ਸਭ ਤੋਂ ਵੱਡਾ ਦਰਜਾ ਮਾਂ ਦਾ ਜਦੋਂ ਵੀ ਕਰਨਾ ਚਾਹੁੰਦੇ ਹੋ, ਮਾਂ ਦੇ ਚਰਨ ਛੂ ਕੇ ਜਾਓ, ਪਿਤਾ ਜੀ ਦਾ ਆਸ਼ੀਰਵਾਦ ਲੈ ਕੇ ਜਾਓ, ਗੁਰੂ ਜਨਾ ਦੱਸੇ ਹੋਏ ਰਸਤੇ 'ਤੇ ਚੱਲੋ, ਝੂਠ ਨਾ ਬੋਲੋ, ਗਾਲਾਂ ਨਾ ਕੱਢੋ, ਕਿਸੇ ਦਾ ਮਾੜਾ ਨਾ ਕਰੋ, ਤਕਦੀਰ ਬਹੁਤ ਵਧੀਆ ਹੋਜੂਗੀ। ਧੀਆਂ ਨੂੰ ਕੁੱਖਾਂ 'ਚ ਤਾਂ ਮਾਰੀਓ, ਹਰ ਘਰ ਦੇ ਬਾਹਰ ਇੱਕ ਰੁੱਖ ਜ਼ਰੂਰ ਲਗਾਈਓ, ਨਸ਼ਿਆਂ ਤੋਂ ਪਰਹੇਜ਼ ਕਰੀਓ, ਦਸਵੰਧ ਕੱਢ ਕੇ ਨੇਕ ਕੰਮਾਂ 'ਚ ਖਰਚ ਕਰਦੇ ਰਹੀਓ, ਲਾਈਫ ਬਹੁਤ ਵਧੀਆ ਰਹੇਗੀ। ਨਾਲ ਹੀ ਨਾਲ ਸਭ ਤੋਂ ਇੰਪੋਰਟੈਂਟ, ਆਪਣੇ ਜਨਮ ਦਿਨ 'ਤੇ 4 ਬੂਟੇ ਫਲਦਾਰ ਜ਼ਰੂਰ ਲਗਾਈਓ ਅਤੇ ਉਹਨਾਂ ਨਾਲ ਖਿੱਚ ਕੇ ਆਪਣੀ ਫੋਟੋ ਸਾਨੂੰ ਭੇਜਿਓ, ਅਸੀਂ ਆਪਣੇ ਅਖਬਾਰ ਵਾਇਸ ਆਫ ਏਸ਼ੀਅਨਸ ਵੀ ਛਾਪਾਂਗੇ। ਵੈਸੇ ਵੀ ਇਹਨਾਂ ਬੂਟਿਆਂ ਦੇ ਕਾਰਨ ਤੁਹਾਡੇ ਸਟਾਰਸ ਹਮੇਸ਼ਾ ਲਈ ਠੀਕ ਹੁੰਦੇ ਜਾਣਗੇ। ਕੱਲ੍ਹ ਫਿਰ ਮਿਲਦੇ ਹਾਂ, ਨਮਸਕਾਰ।